ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਜ਼ਿਲ੍ਹਾ ਸ਼੍ਰੀ ਮੁਕਤਸਰ ਕੇ ਕ੍ਰਿਸ਼ੀ ਵਿਭਾਗ ਕੀ ਓਰ ਸੇ ਸਰਕਾਰ ਕੇ ਹੁਕਮੋਂ ਕੇ ਮੁਤਾਬਿਕ ਕਿਸਾਨੋਂ ਕੋ ਧਾਨ ਕੀ ਪਰਾਲੀ ਨਾ ਜਲਾਨੇ ਸੇ ਸੁਪਰ SMS ਮਸ਼ੀਨ ਦੁਆਰਾ ਕਟਾਈ ਕਰਕੇ ਪਰਾਲੀ ਕੋ ਖੇਤੋਂ ਮੇਂ ਨਸ਼ਟ ਕਰਨੇ ਕੇ ਸੁਝਾਅ ਦੀਏ ਜਾ ਰਹੇ ਹੈਂ। ਮੁਕਤਸਰ ਕੇ ਕ੍ਰਿਸ਼ੀ ਵਿਭਾਗ ਕੀ ਓਰ ਸੇ ਸੁਪਰ SMS ਮਸ਼ੀਨ ਦੁਆਰਾ ਗਾਓਂ ਮੇਂ ਕਟਾਈ ਕਾ ਨਿਰੀਖਣ ਕਰਤੇ ਹੋਏ ਕ੍ਰਿਸ਼ੀ ਵਿਭਾਗ ਕੇ ਅਧਿਕਾਰੀ ਗੁਰਮੀਤ ਸਿੰਘ ਨੇ ਕਿਸਾਨੋਂ ਕੋ ਜਾਣਕਾਰੀ ਦੇਤੇ ਹੋਏ ਕਹਾ ਕਿ ਧਾਨ ਕੀ ਕਟਾਈ ਸੁਪਰ ਮਸ਼ੀਨ ਦੁਆਰਾ ਕਟਾਈ ਕਰਨੇ ਸੇ ਬਚੀ ਪਰਾਲੀ ਕੋ ਖੇਤ ਮੇਂ ਨਸ਼ਟ ਕੀਆ ਜਾ ਸਕਤਾ ਹੈ ਜਿਸਸੇ ਖਾਦ ਬਣਤੀ ਹੈ। ਇਨ ਮਸ਼ੀਨੋਂ ਕੇ ਲੀਏ ਵਿਭਾਗ ਕੀ ਓਰ ਸੇ ਸਬਸਿਡੀ ਵੀ ਦੀ ਜਾਤੀ ਹੈ। ਉਨ੍ਹੋਂਨੇ ਕਹਾ ਕਿ ਪਰਾਲੀ ਜਲਾਨੇ ਸੇ ਖੇਤ ਕੇ ਕਈ ਤੱਤਵ ਨਸ਼ਟ ਹੋ ਜਾਤੇ ਹੈ ਔਰ ਖਾਦ ਵੀ। ਦੂਸਰੀ ਤਰਫ ਗਾਓਂ ਭੂੰਦੜ ਕੇ ਕਿਸਾਨੋਂ ਕੀ ਓਰ ਸੇ ਗਾਓਂ ਭੂੰਦੜ ਮੇਂ ਇਕੱਤਰ ਹੋਕਰ ਇਸਕਾ ਵਿਰੋਧ ਕਰਤੇ ਕਹਾ ਕਿ ਪਰਾਲੀ ਕੋ ਖੇਤ ਮੇਂ ਨਸ਼ਟ ਕਰਨੇ ਕੇ ਲੀਏ ਕਿਸਾਨੋਂ ਕੋ ਕਾਫੀ ਖਰਚ ਝੇਲਨਾ ਪੜਤਾ ਹੈ। ਸਰਕਾਰ ਕੋ ਚਾਹੀਏ ਕਿ ਪਹਿਲੇ ਇਸਕੇ ਪੁਖਤਾ ਇੰਤਜ਼ਾਮ ਕਰੇ, ਨਹੀਂ ਤੋ ਹਮੇਂ ਮਜਬੂਰਨ ਪਰਾਲੀ ਜਲਾਨੀ ਪੜੇਗੀ। ਮੈਂ ਗੁਰਮੀਤ ਸਿੰਘ ਸੋਢੀ, ਬਲਾਕ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ। ਅੱਜ ਅਸੀਂ ਬਲਾਕ ਦੇ ਪਿੰਡ ਚਿੱਬੜਾਂ ਵਾਲੀ ਵੇਖੇ ਜਿੱਥੇ ਕਿ ਸੁਪਰ SMS ਮਸ਼ੀਨ ਕਿਸਾਨ ਦੇ ਖੇਤ ਵਿੱਚ ਚੱਲ ਰਹੀ ਹੈ, ਉਹਦੇ ਬਾਰੇ ਅਸੀਂ ਵੇਖਣ ਆਏ ਸੀ। ਅਤੇ ਇਹਦਾ ਇਹ ਹੈ ਵੀ ਇਹ ਜਿੰਨੀ ਵੀ ਪਰਾਲੀ ਹੈ ਆ ਤੁਸੀਂ ਵੇਖ ਰਹੇ ਹੋ, ਇਹ ਸਾਰੀ ਮਗਰ ਕੁਤਰ ਕੇ ਇਹਨੇ ਸਿੱਟ ਦੇਣੀ ਹੈ। ਇਹਦੇ ਤੁਰੰਤ ਬਾਅਦ ਮਗਰ ਜਿਹੜਾ PAU ਹੈਪੀ ਸੀਡਰ ਹੈ ਉਹਦੇ ਨਾਲ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਬਿਨਾਂ ਅੱਗ ਲਾਏ ਤੋਂ, ਬਿਨਾਂ ਕੁਛ ਹੋਰ ਤੋਂ। ਇਸ ਤੋਂ ਇਲਾਵਾ ਕਿੰਨਾ ਖਰਚਾ ਹੈ, ਮਤਲਬ ਇਹਦਾ ਖਰਚਾ ਕੋਈ 1,10,12,000 ਹੈ, ਜਿਹਦੇ ਵਿੱਚੋਂ ਮਹਿਕਮਾ 50% ਸਬਸਿਡੀ ਕਿਸਾਨ ਨੂੰ ਦਿੰਦਾ। ਹੋਰ ਕੀ ਉਪਰਾਲੇ ਕੀਤੇ ਜਾ ਰਹੇ? ਹੋਰ ਵੀ ਉਪਰਾਲੇ ਜਿਵੇਂ ਇਸ ਤੋਂ ਬਿਨਾਂ ਇਲਾਵਾ ਜੀਰੋ ਟਿੱਲ ਨਾਲ ਵੀ ਹੋ ਸਕਦੀ ਹੈ ਬਿਜਾਈ, ਮਲਚਰ ਚੱਲ ਰਹੇ ਹੈ, ਆਪਣੇ ਹੈਪੀ ਸੀਡਰ ਤਾਂ ਹੈ ਹੀ ਹੈ, ਹੈਪੀ ਸੀਡਰ ਇਸ ਤੋਂ ਬਾਅਦ ਚੱਲ ਰਿਹਾ, ਮਲਚਰ ਆ ਰਿਹਾ, ਮਲਚਰ ਦੇ ਨਾਲ ਇੱਕ ਚੋਪਰ ਕਮ ਸਰੈਡਰ ਹੈ। ਮੰਨ ਲਓ ਜੇ ਕੋਈ ਇਸ ਤੋਂ ਬਿਨਾਂ ਵੀ ਇਹ ਸਾਰੇ ਨੂੰ ਤੂੜੀ ਬਣਾ ਕੇ ਮਗਰ ਸਿੱਟ ਦਿੰਦਾ, ਉਹ ਵੀ ਸਾਡੇ ਮਹਿਕਮਾ ਸਬਸਿਡੀ ਦੇ ਰਿਹਾ। ਕਿਸਾਨ ਜਿਹੜੇ ਆ ਅਜੇ ਵੀ ਇਸ ਕੰਮਾਂ ਨਾਲ ਸੰਤੁਸ਼ਟ ਨਹੀਂ, ਉਹ ਕਹਿੰਦੇ ਵੀ ਅਸੀਂ ਕਿਸਾਨ ਯੂਨੀਅਨ ਜਿਵੇਂ ਪਿੰਡਾਂ ਪਿੰਡਾਂ ਲਾ ਰਿਹਾ ਕਿ ਅਸੀਂ ਤਾਂ ਉਹਦੇ ਨਾਲ ਅੱਗ ਲਾਵਾਂ ਹੀ ਲਾਵਾਂਗੇ, ਸਾਨੂੰ ਕੋਈ ਐਕਸਟਰਾ ਕੁਛ ਨਹੀਂ ਮਿਲਿਆ ਜਾਂ ਸਾਂਭਣ ਦਾ ਕੋਈ ਤਰੀਕਾ ਨਹੀਂ। ਮਹਿਕਮਾ ਤਾਂ ਸਬਸਿਡੀ ਦੇ ਰਿਹਾ, ਜਿੰਨੇ ਜਿੰਨੇ ਬੰਦਿਆਂ ਨੇ ਅਪਲਾਈ ਕੀਤਾ ਸਾਡੇ ਕੋਲ ਉਹਨਾਂ ਨੂੰ ਬਕਾਇਦਾ ਸਬਸਿਡੀ ਦਿੱਤੀ ਜਾ ਰਹੀ ਹੈ, ਅਤੇ ਜਾਗਰੂਕਤਾ ਮਹਿਕਮੇ ਵੱਲੋਂ ਅਵੇਅਰਨੈਸ ਕੈਂਪ ਲਾਏ ਜਾ ਰਹੇ ਹੈ ਵੀ ਇਹ ਪਰਾਲੀ ਸਾੜਨ ਦੇ ਕਿੰਨੇ ਨੁਕਸਾਨ ਹੋ ਰਹੇ ਆ ਆਪਾਂ ਨੂੰ, ਜ਼ਮੀਨ ਬੰਜਰ ਹੋ ਰਹੀ ਹੈ, ਜ਼ਮੀਨ ਦੀ ਤਪਸ਼ ਵੱਧ ਰਹੀ ਹੈ, ਸੂਖਮ ਜੀਵ ਇਹਦੇ ਅਸੀਂ ਛੱਡ ਰਹੇ ਹੈ, ਅਤੇ ਜੇ ਆਪਾਂ ਪਰਾਲੀ ਨੂੰ ਅੱਗ ਨਾ ਲਾਵਾਂਗੇ ਤਾਂ ਉਹਦਾ ਜ਼ਮੀਨ ਦੇ ਵਿੱਚ ਆਪਣੀ ਉਪਜਾਊ ਸ਼ਕਤੀ ਬਹੁਤ ਵੱਧਦੀ ਹੈ, ਖਾਦਾਂ ਆਪਾਂ ਨੂੰ ਘੱਟ ਪਾਉਣੀਆਂ ਪੈਂਦੀਆਂ, ਉਹ ਇਹ ਫਾਇਦੇ ਹੈ ਜੀ। ਜਿਹੜੀ ਕੋਈ ਕੰਬਾਈਨ ਦੇ ਨਾਂ ਲੱਗਿਆ ਹੋਇਆ ਹੈ, ਮਤਲਬ ਇਹਦੀ ਫਿਰ ਉਹਨੇ ਕਾਰਵਾਈ ਕੌਣ ਕਰੂਗਾ, ਕੌਣ ਇਹਦੇ ਉੱਤੇ? ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਊਗੀ। ਹਾਂਜੀ, ਕੀ ਮਾਮਲਾ ਜਿਹੜਾ ਵੀ ਅੱਜ ਤੁਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਹੋ? ਇੱਥੇ ਜੀ ਪਰਾਲੀ ਦੇ ਸਾੜਨ ਵਾਸਤੇ ਇਕੱਠੇ ਹੋਏ ਹਾਂ, ਕਿਉਂਕਿ ਸਰਕਾਰ ਨੇ ਕੋਈ ਇਹਦੇ ਵਾਸਤੇ ਪੁਖਤਾ ਪ੍ਰਬੰਧ ਨਹੀਂ ਕੀਤੇ। ਜੇ ਸਰਕਾਰ ਕੋਈ ਪੁਖਤਾ ਪ੍ਰਬੰਧ ਕਰਦੀ ਆ ਤਾਂ ਫਿਰ ਅਸੀਂ ਨਹੀਂ ਵੀ ਸਾੜਦੇ, ਪਰ ਅਜੇ ਤੱਕ ਕੋਈ ਇਹਦਾ ਬਦਲ ਨਹੀਂ ਆਇਆ। ਤੇਲ ਮਹਿੰਗਾ, ਠੇਕਿਆਂ ਜ਼ਮੀਨਾਂ ਦੇ ਰੇਟ ਮਹਿੰਗੇ ਆ, ਉਹਦਾ ਕਰਕੇ ਕੋਈ ਜੇ ਅਸੀਂ ਬੀਜਦੇ ਆ ਕਣਕ ਤਾਂ ਫਸਲ ਨਹੀਂ ਹੁੰਦੀ, ਅਗਲੀ ਖੇਤ ਤਿਆਰ ਨਹੀਂ ਹੁੰਦਾ, ਉਹਦੇ ਕਰਕੇ ਜੇ ਸਰਕਾਰ ਨਹੀਂ ਬਦਲ ਕਰਦੀ ਸਾਨੂੰ ਮਜਬੂਰਨ ਪਰਾਲੀ ਸਾੜਨੀ ਪਊਗੀ। ਜੇ ਸਰਕਾਰ ਕੋਈ ਪ੍ਰਬੰਧ ਕਰਦੀ ਹੈ ਪੁਖਤਾ ਉਹਦੇ ਵਾਸਤੇ ਵਧੀਆ, ਤੇ ਅਸੀਂ ਨਹੀਂ ਵੀ ਸਾੜਦੇ, ਪਰ ਅਜੇ ਤੱਕ ਸਰਕਾਰ ਨੇ ਕੋਈ ਸਾਨੂੰ ਉਹਦਾ ਬਦਲ ਨਹੀਂ ਦਿੱਤਾ। ਕੀ ਨਾਮ ਹੈ? ਨਛੱਤਰ ਸਿੰਘ ਜੀ। ਜਿਹੜੇ ਅੱਜ ਤੁਸੀਂ ਇੱਥੇ ਇਕੱਠ ਕੀਤਾ, ਕੀ ਸੀ ਇਹਦਾ ਮੇਨ ਕਾਰਨ? ਇਹ ਜੀ, ਅਸੀਂ ਪਿੰਡ ਭੂੰਦੜ ਦੇ ਕਿਸਾਨ ਇਕੱਠੇ ਹੋਏ ਹਾਂ ਜੀ ਪਰਾਲੀ ਸਾੜਨ ਦੇ ਸਿਲਸਿਲੇ 'ਚ ਜੀ। ਇਹ ਸਰਕਾਰ ਨੇ ਕੋਈ ਪੁਖਤਾ ਪੱਕੇ ਪ੍ਰਬੰਧ ਨਹੀਂ ਕੀਤੇ ਅਤੇ ਜ਼ਿਮੀਂਦਾਰ ਨੂੰ ਪਰਾਲੀ ਸਾੜਨੀ ਪੈਂਦੀ ਹੈ ਜੀ। ਜੇਕਰ ਸਰਕਾਰ ਕੋਈ ਪ੍ਰਬੰਧ ਕਰਦੀ ਹੈ ਜੀ ਪੱਕਾ,
ਤੇ ਜ਼ਿਮੀਂਦਾਰ ਪਰਾਲੀ ਨਹੀਂ ਸਾੜਦਾ ਜੀ। ਅੱਜ ਅਸੀਂ ਇੱਥੇ ਸਾਰਾ ਪਿੰਡ ਇਸੇ ਕਰਕੇ ਇਕੱਠੇ ਹੋਏ ਹਾਂ ਜੀ ਵੀ ਸਰਕਾਰ ਜ਼ਿਆਦਾ ਕੋਈ ਬੰਦੋਬਸਤ ਕਰੇ ਜੀ ਪੱਕੇ, ਤੇ ਨਹੀਂ ਅਸੀਂ ਪਰਾਲੀ ਫਿਰ ਸਾੜਾਂਗੇ ਜੀ, ਮਜ਼ਬੂਰ ਨੂੰ ਸਾੜਨੀ ਪਊ ਸਾਨੂੰ ਜੀ। ਮੇਰਾ ਨਾਮ ਰਮਨੀਕ ਸਿੰਘ, ਪਿੰਡ ਗੰਦਰ ਤੋਂ ਆ ਜੀ। ਸਾਨੂੰ ਤਾਂ ਇਹਦਾ ਬਹੁਤ ਫਾਇਦਾ ਲੱਗਿਆ ਜੀ ਵੀ ਇਹਦੇ ਨਾਲ ਹੈਪੀ ਸੀਡਰ ਨਾਲ ਬਿਜਾਈ ਹੋ ਜੂਗੀ ਇਸੇ ਤਰ੍ਹਾਂ ਵੱਢ ਕੇ ਜੀ, ਤੇ ਕੋਈ ਇਹ ਦਾਣੇ ਦੂਣੇ ਨਹੀਂ ਮਾਰ ਰਿਹਾ ਜੀ, ਇਹ ਜਿਹੜਾ ਅਫਵਾਹ ਜਿਹੜੀ ਵੀ ਦਾਣੇ ਮਾਰ ਰਿਹਾ ਜਾਂ ਕਿਸੇ ਕਿਸਮ ਦਾ ਹੋਰ ਨੁਕਸਾਨ, ਕਿਸਾਨ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ। ਜੇ ਮਸ਼ੀਨ ਦੇ ਵਿੱਚ ਕੋਈ ਨੁਕਸ ਆ ਤੇ ਉਹਦੇ ਨਾਲ ਹੀ ਦਾਣੇ ਆਉਣੇ ਆ ਜੀ, SMS ਦੇ ਕੋਈ ਸੰਬੰਧ ਨਹੀਂ ਦਾਣੇ ਦੇ ਨਾਲ। ਨਹੀਂ ਕੋਈ ਖਾਸ ਨਹੀਂ ਜੀ, ਉਹਨਾਂ ਕੁ ਜ਼ਿਮੀਂਦਾਰ ਦਾ ਫਾਇਦਾ ਹੋਊ, ਰੀਪਰ ਨਹੀਂ ਮਾਰਨਾ ਪੈਣਾ ਜੀ। ਰੀਪਰ ਦਾ ਕੋਸਟ ਵੀ 400 ਰੁਪਇਆ ਪਰ ਏਕੜ ਲੈਂਦੇ ਆ, ਉਹਦਾ ਥੋੜ੍ਹਾ ਘਣਾ ਮਸ਼ੀਨ ਵਾਲਾ ਵੱਧ ਲਊਗਾ, ਉਹਨਾਂ ਕੁ ਜ਼ਿਮੀਂਦਾਰ ਐਡਜਸਟ ਕਰ ਸਕਦਾ। ਪਿੰਡ ਦੇ ਵਿੱਚ ਇਹ ਮਸ਼ੀਨ ਜੀ ਬਾਹਰੋਂ ਆਈ ਹੈ ਜੀ, ਆਪਣੇ ਪਿੰਡ ਦੇ ਵਿੱਚ ਕਿਸੇ ਮਸ਼ੀਨ ਨੇ ਇਹ ਤਕਨੀਕ ਨਹੀਂ ਅਪਣਾਈ। ਸੋਨੀ ਢੱਲਾ, ਦਿਵਯ ਪੰਜਾਬ ਟੀਵੀ, ਗਿੱਦੜਵਾਹਾ।